ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮੰਡੀ ਆ ਗਿਆ ਮੈਂ ਅਤੇ ਅੱਜ ਆ ਫੁੱਲ ਮੰਦਾ ਅਤੇ ਅੱਜ ਮੰਡੀ ਲੱਗੀ ਵੀ ਸੀਗੀ। ਉਹ ਚਾਚਾ ਦਿੱਤਾ ਬੈਠਾ, ਕਹਿੰਦੇ ਉੱਧਰ ਪਿੱਛੇ ਕੀ ਲੈਣ ਜਾਣਾ, ਫਾਇਦਾ ਹੀ ਕੋਈ ਨਹੀਂ, ਭਾਰੂ ਕੋਈ ਵਿਕਿਆ ਕੋਈ ਨਹੀਂ ਗਾ। ਸਾਰਿਆਂ ਨੇ ਲਿਆ ਕੇ ਆਪਣੇ ਆਪਣੇ ਭਾਰੂ ਬੰਦ ਕਰ ਛੱਡੇ ਆ। ਇਹਨਾਂ ਨੇ ਆਪਣੇ ਆਹ ਲਿਆ ਕੇ ਬੰਦ ਕੀਤੇ, ਉਹ ਚਾਚੇ ਦਿੱਤੇ ਦਾ ਉਹ ਪਿੱਛੇ ਵਾੜਾ, ਉਹਨੇ ਉੱਧਰ ਪਿੱਛੇ ਲਿਆ ਕੇ ਬੰਦ ਕਰ ਲੈਣੇ। ਹੁਣ ਉਹ ਥੱਕੇ ਬੜੇ ਆ ਥੋੜ੍ਹੀ ਦੇਰ ਤੱਕ, ਫਿਰ ਇਹਨਾਂ ਦੇ ਸਾਨੂੰ ਜਾਨਵਰ ਦਿਖਾਉਂਦੇ ਆ, ਨਾਲ ਇਹਨਾਂ ਦੀ ਵੀਡੀਓ ਬਣਾ ਲਾਂਗੇ, ਨਾਲ ਇਹਨਾਂ ਨੂੰ ਕੀਮਤਾਂ ਸ਼ੀਮਤਾਂ ਪੁੱਛਦੇ ਹਾਂ। ਚਾਚਾ ਦਿੱਤਾ ਨਵੇਂ ਜਾਨਵਰ ਲੈ ਕੇ ਆਇਆ, ਚੰਗੇ ਨੇ, ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹੀ ਦੇਰ ਤੱਕ। ਜਿੱਦਾਂ ਕਿ ਤੁਹਾਨੂੰ ਸੁਬਹਾ ਦੱਸਿਆ ਕਿ ਮੰਡੀ ਅੱਜ ਫੁੱਲ ਮੰਦੀ ਸੀਗੀ, ਲਿਹਾਜ਼ਾ 4-5 ਘੰਟੇ ਹੋ ਗਏ ਆਰਾਮ ਨਾਲ ਦਫ਼ਤਰ 'ਚ ਸੁੱਤਾ ਸੀਗਾ ਮੈਂ ਵੀ। ਗਰਮੀ ਬੜੀ ਸੀਗੀ, ਪੱਖਾ ਵੀ ਸੇਕ ਮਾਰਦਾ ਸੀਗਾ। ਹੁਣ ਉੱਠ ਕੇ ਆਇਆ ਵਾਂ, ਮੋਟਰ ਚਲਾ ਕੇ ਆਇਆ, ਮੈਂ ਕਿਹਾ ਮੂੰਹ ਹੱਥ ਧੋਨਾ ਵਾਂ, ਮੂੰਹ ਹੱਥ ਧੋ ਕੇ ਫਿਰ ਜਾਂਦੇ ਹਾਂ ਉੱਧਰ ਬੰਦਿਆਂ ਵੱਲ ਜਾ ਕੇ ਫਿਰ ਉਹਨਾਂ ਦਾ ਹਾਲ ਚਾਲ ਪੁੱਛਦੇ ਹਾਂ। ਚਾਚਾ ਵੀ ਲੱਗਾ ਆਪਣਾ ਕੰਮ ਨਿਬੇੜਨ ਦਿਆ, ਮੂੰਹ ਹੱਥ ਧੋ ਕੇ ਜਾਂਦੇ ਹਾਂ, ਦੇਖਦੇ ਹਾਂ ਫਿਰ ਤੁਹਾਨੂੰ ਦਿਖਾਉਂਦਾ ਕੋਈ ਚੰਗੇ ਚੰਗੇ ਜਿਹੇ ਬੱਕਰੇ ਆਏ ਆ। ਇੱਕ ਗੱਡੀ ਹੋਰ ਨਵੀਂ ਆਈ ਆ, ਅਸੀਂ ਪੇਨ ਸੀਗੇ, ਉਦੋਂ ਬੰਦਾ ਇੱਕ ਦੱਸ ਕੇ ਗਿਆ ਕਿ ਗੱਡੀ ਇੱਕ ਹੋਰ ਆਈ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆਹ ਜਿਹੜੇ ਦਿਨ ਜਾਂਦੇ ਆ ਨਾ ਭਾਰੂ ਵਿਕਣ ਨਹੀਂ ਦੇ ਹੈ, ਇਹਨਾਂ ਦਾ ਨੁਕਸਾਨ ਪਤਾ ਕੀ ਆ? ਇਹਦਾ ਨੁਕਸਾਨ ਇਹ ਹੈ ਕਿ ਮੰਦਾ ਵਾ, ਫਿਰ ਜਦੋਂ ਵੱਡੀ ਈਦ ਆਉਣੀ ਹੈ ਭਾਰੂ ਫਿਰ ਬਹੁਤ ਮਹਿੰਗੇ ਵਿਕਣੇ ਆ। ਹੁਣ ਲੋਕ ਲੈਣ ਨਹੀਂ ਨਾ ਦੇ ਕੇ, ਚਲੋ ਈਦ ਦੇ ਲਾਗੇ ਲਾਗੇ ਲਾਵਾਂਗੇ, ਉਹ ਮੰਦਾ ਵਾ ਮੰਦਾ। ਹੁਣ ਭਾਰੂ ਵਿਕਣ ਨਹੀਂ ਦਿਆ, ਭਾਰੂ ਉੱਥੇ ਪੇ ਮਹਿੰਗੇ ਹੋਈ ਜਾਣੇ, ਕਿਉਂਕਿ ਉਹਨਾਂ 'ਤੇ ਖਰਚਾ ਹੋਈ ਜਾਣਾ, ਅਤੇ ਜਦੋਂ ਈਦ ਆਉਣੀ ਹੈ ਈਦ ਤੱਕ ਉਹਨਾਂ 'ਤੇ ਚੰਗਾ ਭਲਾ ਖਰਚਾ ਹੋ ਗਿਆ ਹੋਣਾ, ਫਿਰ ਇਹ ਭਾਰੂ ਮਹਿੰਗੇ ਬੜੇ ਹੋਣੇ। ਫਿਰ ਇਹਨਾਂ ਨੇ ਵਾਮ ਨੇ ਦੇਖਣਾ ਕਿ ਹੈ ਐਡਾ ਐਡਾ ਮਹਿੰਗਾ। ਆਹ ਹੁਣ ਚਾਚੇ ਹਾਬਤ ਨੇ ਆਲਮੋਸਟ ਸਾਰੀਆਂ ਜਿੰਨੀਆਂ ਅਸੀਂ ਨਾ ਸਾਰੀਆਂ ਬਣਾ ਬਣਾ ਲਈਆਂ ਨੇ। ਚਾਚਾ ਹਾਬਤ ਆਪ ਗਿਆ ਕਿਤੇ, ਮੈਨੂੰ ਲੱਗਦਾ ਆਹ ਦੇਖੋ ਆਹ ਚਾਚੇ ਨੇ ਹੁਣ ਨਵੀਆਂ ਵੀ ਬਣਾਉਣੀਆਂ ਸ਼ੁਰੂ ਕਰਤੀਆਂ, ਜਿਹੜੀ ਲੱਕੜ ਆਈ ਸੀ ਨਾ ਨਵੀਂ ਲੱਕੜ ਨਾਲ ਵੀ ਉਹਨੇ ਬਣਾਉਣੇ ਸ਼ੁਰੂ ਕਰਤੇ ਆ। ਮਿੱਟੀ ਸੁੱਟੀ ਜਾਂਦੇ ਹੀ ਆ ਵਾੜੇ ਵੂੜੇ ਉੱਚੇ ਕਰਨ ਲਈ, ਜਿੱਦਾਂ ਕਿ ਆਹ ਪਿੱਛੇ ਵਾੜਾ ਨਾ ਸਾਰਾ ਖੁੱਲ੍ਹਾ ਕੀਤਾ, ਇਹ 'ਚ ਮਿੱਟੀ ਸੁੱਟ ਕੇ ਇਹਨੂੰ ਉੱਚਾ ਕਰਨਾ। ਆਹ ਛਤਰੇ ਨੇ ਆ ਜਿਹੜੇ ਅੱਜ ਨਵੇਂ ਆਏ, ਹੁਣ ਇਹਨਾਂ ਨੂੰ ਭੁੱਖ ਲੱਗੀ ਆ, ਰੌਲਾ ਪਾਉਣ ਦੇ ਨੇ। ਆਹ ਛਤਰੇ ਆਏ ਅੱਜ, ਅਸੀਂ ਉੱਧਰ ਪਏ ਸੀਗੇ ਉਦੋਂ ਆ ਕੇ ਦੱਸਿਆ ਉਹਨੇ ਕਿ ਆਹ ਛਤਰੇ ਆਏ ਆ, ਇੱਥੇ ਫਿਰ ਹੁਣ ਰੱਖ ਛੱਡੇ ਆ। ਇਹ ਹੁਣ ਇਹਨਾਂ ਨੂੰ ਭੁੱਖ ਲੱਗੀ ਆ, ਤਦ ਕਰਕੇ ਮੈਂ ਕਰਨ ਦੇ ਨੇ, ਪੱਠੇ ਹੁਣ ਲਿਆ ਕੇ ਪਾਉਣਗੇ ਨਾ ਥੋੜ੍ਹੀ ਦੇਰ, ਅਜੇ ਥੱਕੇ ਨੇ, ਪਾਣੀ ਛਾਣੀ ਇਹਨਾਂ ਨੂੰ ਡਾਉਣਗੇ ਹੋਰ ਥੋੜ੍ਹੀ ਦੇਰ ਤੱਕ। ਉਸਤਾਦ ਜੀ ਉਹ ਵੇਖਦੇ ਤੁਹਾਡੇ ਵੱਲ, ਕੁਛ ਪਾਓ ਉਸਤਾਦ ਜੀ ਤੁਹਾਡੇ ਹੈ? ਹਾਂਜੀ ਆਪਣੇ ਭਾਈ। ਅੱਛਾ ਜੀ, ਆਹ ਉਸਤਾਦ ਉਹਨਾਂ ਦੇ ਛਤਰੇ ਨੇ ਸਾਰੇ ਚੰਗੇ ਜਾਨਵਰ ਮਾਸ਼ਾਅੱਲਾ, ਸਾਰੇ ਸੋਹਣੇ ਲੱਗਣ ਦੇ ਮਾਸ਼ਾਅੱਲਾ। ਇਹਦੀ ਕੀ ਡਿਮਾਂਡ ਰੱਖੀ ਭਲਾ? ਕਹਿੰਦੇ ਮੰਗਣ ਨੂੰ 90,000 ਦੇ ਦੇਣਾ 60,000 ਚ ਮਾਸ਼ਾਅੱਲਾ, ਸੋਹਣਾ ਮਾਸ਼ਾਅੱਲਾ ਬੜਾ ਸੋਹਣਾ। ਤੁਹਾਡਾ ਨੰਬਰ ਦਿਆਂਗਾ ਮੈਂ ਇਹਨਾਂ ਨੂੰ ਵੀਡੀਓ 'ਚ, ਨਾਲ ਜਿਹਨੇ ਲੈਣਾ ਹੋਏਗਾ ਤੁਹਾਡੇ ਨਾਲ ਰਾਬਤਾ ਕਰ ਲਏਗਾ। ਛਤਰੇ ਆ ਹੀ ਨਹੀਂ ਮਾਸ਼ਾਅੱਲਾ, ਇੱਧਰ ਹੋਰ ਵੀ ਨੇ, ਉਹ ਤੁਸੀਂ ਅਗਰ ਇਹ ਵਿਕ ਜਾਏ ਤੁਸੀਂ ਆਓ ਆਪਣਾ ਆ ਕੇ ਦੇਖੋ, ਪਸੰਦ ਕਰੋ, ਕੋਈ ਹੋਰ ਲੈ ਲਓ, ਜ਼ਰੂਰੀ ਨਹੀਂ ਕਿ ਇਹ ਹੀ। ਸਫ਼ਰ ਕਰਕੇ ਨਾ 1,000-2,000 ਦੀ ਹੋਰ ਵੀ ਵਾਧਾ ਘਾਟਾ ਕਰ ਲਾਂਗੇ। ਕਹਿੰਦੇ ਤੁਸੀਂ ਸਫ਼ਰ ਕਰਕੇ ਆਉਣਾ, ਤੁਹਾਡੇ ਨਾਲ 1,000-2,000 ਦਾ ਹੋਰ ਵਾਧਾ ਘਾਟਾ ਕਰਾਂਗੇ ਇਨਸ਼ਾਅੱਲਾ। ਚੀਜ਼ ਆ ਪਸੰਦ ਆਏ ਦੀ, ਤੁਸੀਂ ਆਓਗੇ ਦੇਖੋਗੇ, ਤੁਹਾਨੂੰ ਪਸੰਦ ਆਉਣਗੇ, ਪਸੰਦ ਆਉਣ ਆਪਣੀ ਮਰਜ਼ੀ ਨਾਲ ਲੋੜ ਆ ਲੈਣਾ। ਮਾਸ਼ਾਅੱਲਾ ਕਿੱਡਾ ਸੋਹਣਾ ਲੱਗਣ ਦਿਆ, ਦੇਖੋ ਇੱਕ ਸ਼ਾਇਬ ਆ, ਜਦੋਂ ਲੈਣੀ ਆ ਪਤਾ ਤਾਂ ਲੱਗੇ ਕੋਈ ਚੀਜ਼ ਲਈ ਆ। ਇੱਥੋਂ ਲੈ ਲੈ ਕੱਢ ਕੇ ਲੈ ਚੱਲੇ ਆ, ਉਹ ਪਰੇ ਮੰਜੇ ਲਾਏ ਨੇ ਉੱਧਰ ਮੰਜਿਆਂ 'ਤੇ ਜਾ ਕੇ ਨਾ, ਕੋਈ 2-4 ਇੱਥੇ ਰੱਖੀ ਰੱਖਣਗੇ, 2-4 ਉੱਥੇ ਜਾ ਕੇ ਬੰਨ ਲਏ, ਉਹ ਪਰੇ ਲੈ ਲੈ ਇਹਨਾਂ ਨੂੰ ਪਾਣੀ ਪੂਣੀ ਡਾਂਦੇ ਆ, ਹੁਣ ਇਹਨਾਂ ਵਾਲੀ ਵੀ ਲੈ ਕੇ ਆਉਣਗੇ। ਹੁਣ ਆਵਾਮ ਆਉਂਦੀ ਨਾ ਵੇਖਣ, ਜਿੱਦਾਂ ਹੁਣ ਆ ਗਾਹਕ ਤੁਰੇ ਫਿਰਦੇ ਨੇ, ਆਵਾਮ ਦੇਖਣ ਆਉਂਦੀ, ਤਦ ਕਰਕੇ ਇੱਥੋਂ ਕੱਢ ਕੇ ਲੈ ਕੇ ਜਾਣਗੇ। ਉਹ ਦੇਖੋ ਆਹ ਬੰਦੇ ਆਏ ਨੇ, ਪੂਰੀ ਫੈਮਿਲੀ ਤੁਰੀ ਆਉਂਦੇ ਹੀ, ਉਹ ਬੱਚੇ ਨਾਲ। ਹੁਣ ਆਵਾਮ ਆਉਣ ਲੱਗ ਪਈ ਆ ਵੇਖਣ ਨਾ, ਜਾਨਵਰ ਜਿਨ੍ਹਾਂ ਨੇ ਲੈਣੇ ਹੁੰਦੇ ਨਾ ਉਹ ਹੁਣ ਵੇਖਣ ਆਉਣ ਲੱਗ ਪਏ ਆ। ਕਈ ਲੋਕ ਸ਼ੌਕੀਆ ਲੈ ਜਾਂਦੇ, ਪਹਿਲੇ ਲਿਜਾ ਕੇ ਰੱਖਦੇ ਆ,
ਆਹ ਦੇਖੋ ਮਾਸ਼ਾਅੱਲਾ ਕਿੱਡਾ ਸੋਹਣਾ। ਕਸਾਈਆਂ ਵਾਲੇ ਛੋਟੇ ਭਾਰੂ ਵੀ ਖੜ੍ਹੇ ਆ, ਜਿਹੜੇ ਉਹਨੇ ਛੁਰੀ ਵਾਲੇ ਖੜ੍ਹਨੇ ਹੁੰਦੇ ਨੇ ਨਾ। ਆਹ ਵਿੱਚ ਆਹ ਸਦਕੇ ਵਾਲਾ ਲੇਲਾ ਵਾ, ਜਿੱਦਾਂ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਲੇਲਾ ਲਿਆ ਇੱਕ ਸਦਕੇ ਵਾਸਤੇ ਭਾਈ ਸ਼ਬੀਰ ਨੇ, ਤਾਂ ਕਿ ਮੰਡੀ ਅੱਗੋਂ ਸ਼ੁਰੂ ਹੋਣੀ ਹੈ, ਹਾਲਾਤ ਕੁਝ ਚੰਗੇ ਕਰੇ ਅੱਲਾ ਪਾਕ। ਆਹ ਕਸਾਈਆਂ ਵਾਲੇ ਜਾਨਵਰ ਨੇ, ਇੱਕ ਸਾਈ ਲੈ ਜਾਂਦੇ ਆ ਛੁਰੀ, ਫੇਰ ਕੇ ਮੁੜ ਕੇ ਉਹਨਾਂ ਨੇ ਚਾੜ ਕੇ ਅਤੇ ਫਟੇ 'ਤੇ ਵੇਚ ਦੇਣੇ ਹੁੰਦੇ ਆ ਅੱਲਾ ਦੇ ਖੈਰੀ ਸੱਲਾ। ਆਹ ਬੱਕਰੀ ਆ, ਇਹ ਲੇਲਿਆਂ ਤਰ੍ਹਾਂ ਹੀ ਵਿਕਣੇ ਆ। ਵਿਕ ਗਈ ਉਹ ਲੇਲਾ ਗਿਆ, ਉਹ ਉਸਤਾਦ ਹੁਣੀ ਲੈਣ ਆਏ, ਹੁਣ ਹੀ ਲੱਗ ਜਾਂਦਾ ਪਤਾ ਕੀ ਬਣਦਾ ਇਹਦਾ ਕੀ ਨਹੀਂ। ਇਹ ਸਦਕੇ ਵਾਲਾ ਲੇਲਾ ਛੋਟਾ, ਉਹ ਕਹਿੰਦੇ ਨਹੀਂ ਇਹ ਨਹੀਂ ਲੈਣਾ, ਇਹ ਲੇਲਾ ਛੋਟਾ ਵਾ, ਪੂਰਾ ਸਾਰ ਰੱਖ ਲਓ ਅਤੇ ਆਪਣਾ ਅਗਲੀ ਵੜੀ ਇੱਥੇ ਲੱਗ ਜਾਂਦਾ, ਨਾ ਸਾਰ ਰੱਖੋ ਅਤੇ ਸਦਕੇ ਵਾਲਾ। ਦੋਵੇਂ ਬੱਕਰੇ ਨੇ, ਆਹ ਬੱਕਰੀਆਂ, ਆਹ ਬੱਕਰੀਆਂ ਵਾਲੀਆਂ ਕਸਾਈਆਂ ਨੇ ਖੜਨੀਆਂ ਹੁੰਦੀਆਂ। ਚਾਚਾ ਦਿੱਤਾ ਜਿਹੜੇ ਲੈ ਕੇ ਆਇਆ ਸੀਗਾ ਉਹ ਤਕਰੀਬਨ 10-12 ਸੀਗੇ, ਉਹਨਾਂ 'ਚੋਂ 3 ਬਚੇ ਆ, ਇੱਕ ਆਹ ਖੜ੍ਹਾ, ਇੱਕ ਉਹ ਲੰਮੇ ਪਿਆ ਅਤੇ ਇੱਕ ਉਹ, ਬਾਕੀ ਸਾਰੇ ਵਿਕ ਗਏ। ਮੈਂ ਤੁਹਾਨੂੰ ਦੱਸਿਆ ਸੀਗਾ ਵਿਕ ਜਾਂਦੇ ਇਹ ਕਿਹੜੇ ਰਹਿਣੇ ਹੁੰਦੇ ਆ, ਮਾਸ਼ਾਅੱਲਾ ਵਿਕ ਗਏ ਆ, ਇੱਕ ਆਹ ਰਹਿ ਗਿਆ ਅਤੇ ਇੱਕ ਉਹ ਦੇਖੋ, 3 ਜਾਨਵਰ ਟੋਟਲ ਰਹਿ ਗਏ, ਬਾਕੀ ਵਿਕ ਗਏ ਨੇ। ਮੈਂ ਤਾਂ ਸੁੱਤਾ ਹੀ ਰਹਿ ਗਿਆ, ਗੌਰ ਹੀ ਨਹੀਂ ਕੀਤਾ, ਅਤੇ ਚਾਚਾ ਅਬਦ ਨੇ ਤਾਂ ਇੱਧਰ ਵਾੜੇ ਲਾਉਣੇ ਸ਼ੁਰੂ ਕਰਤੇ ਆ, ਆਹ ਲਾਈਨ ਖਿੱਚਣੀ ਸ਼ੁਰੂ ਕਰਤੀ ਆ, ਆਹ ਆਪਣਾ ਹੁਣ ਵਾੜੇ ਬਣਨੇ ਸ਼ੁਰੂ ਹੋ ਜਾਣੇ ਸਾਰੇ, ਇੱਥੇ ਉਹ ਪਿੱਛੇ ਉਹ ਉੱਧਰ, ਸਾਰੇ ਹੁਣ ਵਾੜੇ ਇੱਦਾਂ ਅੱਲਾ ਖੈਰ ਕਰੇ ਬਣਨਾ ਸ਼ੁਰੂ ਕਰ ਛੱਡੇ ਆ। ਇਹ 8-10 ਦਿਨ ਲੱਗਣੇ ਆ, ਇਹ ਪੂਰਾ 100 ਵਾੜਾ ਬਣਾਉਂਦਿਆਂ। ਆ ਜਿੰਨਾ ਏਰੀਆ ਤੁਹਾਨੂੰ ਮੈਂ ਦਿਖਾਇਆ ਸੀ ਨਾ, ਉਹ ਪਿੱਛੇ ਵਾਲਾ ਸਾਰਾ, ਇੱਧਰ ਵਾਲਾ, ਇੱਧਰੋਂ, ਇੱਧਰੋਂ, ਔਰ ਤੋਂ ਬਾਅਦ ਉਹ ਪਰੇ ਪਿੱਛੇ ਤੱਕ, ਉਹ ਇੱਕ ਮਿੰਟ ਤੁਹਾਨੂੰ ਦਿਖਾਉਂਦਾ, ਉਹ ਪਰੇ ਨਿੰਮ ਤੋਂ ਉਰੇ ਉਰਲੇ ਪਾਸੇ ਤੱਕ 100 ਵਾੜਾ ਪੂਰਾ ਬਣਨਾ ਵਾ। ਆਹ ਪੌੜੀ ਛੱਤ ਚੜ੍ਹਨ ਨੂੰ, ਇਹ ਸਿਕਿਉਰਟੀ ਗਾਰਡ ਖੜ੍ਹਾ ਕਰਨ ਵਾਸਤੇ, ਪੌੜੀ ਦਾ ਤਾਂ ਨਹੀਂ ਹਜੇ ਖੈਰ ਇਹਦਾ, ਉੱਦਾਂ ਸਿਕਿਉਰਟੀ ਗਾਰਡ ਦੇ ਉੱਤੇ ਵੀ ਖੜ੍ਹੇ ਕਰੀਦੇ ਆ। ਈਦ ਦੇ ਦਿਨ ਜਿੱਦਾਂ ਇੱਦਾਂ ਲਾਗੇ ਆਈ ਜਾ ਰਹੇ ਨੇ ਨਾ, ਉੱਦਾਂ ਉੱਦਾਂ ਕੰਮ ਕਾਜ ਵਧੀ ਜਾਣਦੇ ਨੇ। ਭਾਈ ਸ਼ਬੀਰ ਨੇ ਲਿਆ ਵਾ ਬਰਕਤ ਵਾਸਤੇ ਸਦਕੇ ਦਾ ਬੱਕਰਾ ਇੱਕ, ਇਹਨੂੰ ਹੁਣੀ ਛੁਰੀ ਫੇਰ ਕੇ ਇੱਥੇ ਬਾਹਰ ਕੱਢ ਕੇ ਛੁਰੀ ਫੇਰਨਗੇ, ਹੁਣੀ ਆ ਸਦਕਾ ਦੇਣਾ ਇਹਦਾ, ਸਦਕਾ ਸਦਕੇ ਦਾ ਕਰਕੇ ਫਿਰ ਦੇਖੋ ਕਿੱਥੇ ਦੇਣਾ ਮੈਂ, ਤਾਂ ਬਾਅਦ ਦੀਆਂ ਗੱਲਾਂ, ਬਾਕੀ ਕੰਮ ਕਾਜ ਹੁਣ ਤੁਰ ਪਏ ਨੇ। ਆਹ ਮਾਸ਼ਾਅੱਲਾ ਕੁਰਬਾਨੀ, ਸਾਹਮਣੇ ਵੀਡੀਓ ਨਹੀਂ ਮੈਂ ਬਣਾ ਸਕਦਾ ਵਾ ਆਪਣਾ, ਤੁਹਾਨੂੰ ਪਤਾ ਹੀ ਆ ਯੂਟਿਊਬ 'ਤੇ ਫੋਰੀ ਆ ਜਾਂਦਾ। ਆਹ ਕੁਰਬਾਨੀ ਕਰਤੀ ਇਹ ਭਾਈ ਸ਼ਬੀਰ ਨੇ ਲਿਆ ਅੱਜ ਸਦਕੇ ਵਾਸਤੇ, ਇਹਦਾ ਸਦਕਾ ਦਿੱਤਾ ਵਾ ਕਿ ਤਾਂ ਕਿ ਜਿਹੜੀਆਂ ਗੰਦੀਆਂ ਨਜ਼ਰਾਂ ਨੇ ਨਾ ਉਹ ਟਾਈਮ ਨਾਲ ਹੀ ਲੱਥ ਜਾਣ, ਅੱਗੋਂ ਈਦ ਲੱਗ ਕੇ ਸਿਰ 'ਤੇ ਆਈ ਖਲੋਤੀ ਆ, ਬੁਰੀਆਂ ਨਜ਼ਰਾਂ ਤੋਂ ਅੱਲਾ ਪਾਕ ਮਹਿਫੂਜ਼ ਰੱਖੇ ਸਾਰਿਆਂ ਨੂੰ। ਸਦਕਾ ਦੇਣ ਦਾ ਵਜ੍ਹਾ ਵੀ ਤੁਹਾਨੂੰ ਪਤਾ ਹੀ ਹੁੰਦੀ ਆ ਕਿ ਤਮਾਮ ਬੁਰੀਆਂ ਨਜ਼ਰਾਂ ਤੋਂ ਅੱਲਾ ਪਾਕ ਬਚਾ ਕੇ ਰੱਖੇ। ਤਕਬੀਰ ਪੜ੍ਹਤੀ ਆ ਚਾਚੇ ਉਹਨਾਂ ਨੇ, ਬਸ ਇਹਦਾ ਗੋਸ਼ਤ ਕਰਕੇ ਫਿਰ ਦੇ ਆਵਾਂਗੇ ਜਿੱਥੇ ਦੇਣਾ। ਹਾਂਜੀ ਭਾਈ ਸ਼ਬੀਰ, ਵਾਹਵਾ ਦਿਨਾਂ ਬਾਅਦ ਹੀ ਅੱਜ ਤੁਹਾਡੇ ਸਾਹਮਣੇ ਲੈ ਆਇਆ ਵਾ ਭਾਈ ਸ਼ਬੀਰ, ਠੀਕ ਠਾਕ ਕਰ ਕਰੀਏ ਤਾਂ, ਸ਼ੁਕਰ ਅੱਲਾ ਦਾ। ਉੱਧਰ ਖਿੜਕੇ ਲੱਗਣੇ ਸ਼ੁਰੂ ਹੋ ਗਏ, ਉਹ ਪਰਲੇ ਪਾਸੇ, ਉਹ ਪਰਲੇ ਪਾਸੇ ਵੀ ਸਮਾਨ ਰੱਖ ਛੱਡਿਆ, ਉੱਧਰ ਵੀ ਕੰਮ ਸ਼ੁਰੂ ਹੋ ਗਿਆ ਖਿੜਕੀਆਂ ਵਾਲਾ। ਉੱਧਰੋਂ ਚਾਚੇ ਨੇ ਖਲ ਖੁੱਲ ਲਾ ਕੇ ਅਤੇ ਸਾਫ਼ ਕਰਤੀ ਆ, ਚੁੱਕ ਕੇ ਅਤੇ ਲੈ ਆਇਆ ਇੱਥੇ ਅੰਦਰ, ਇੱਥੇ ਆ ਚਾਚੇ ਨੇ ਗੋਸ਼ਤ ਕਰਕੇ ਉਹਨੂੰ ਛਾਪਰਾਂ 'ਚ ਪਾ ਕੇ ਅਤੇ ਵੰਡ ਵੁੰਡ ਦੇਣਾ। ਕੰਮ ਤਾਂ ਖਿੱਚੀ ਖਲੋਤਾ ਚਾਚਾ ਆਬਾ, ਅਤੇ ਇੱਧਰ ਵੀ ਲਾਈ ਜਾ ਰਿਹਾ ਵਾੜੇ, ਉੱਧਰੋਂ ਨਿਕਲ ਕੇ ਆਏ ਆ ਇੱਧਰ, ਕੰਮ ਖਿੱਚ ਦੇਣਾ ਚਾਚੇ ਨੇ ਇਨਸ਼ਾਅੱਲਾ 5-7-10 ਦਿਨਾਂ ਦੇ ਵਿੱਚ ਵਿੱਚ ਨਾ, 8-10 ਦਿਨਾਂ 'ਚ ਚਾਚੇ ਨੇ ਵੀ ਇਨਸ਼ਾਅੱਲਾ ਵਾੜੇ ਪੂਰੇ ਕਰ ਦੇਣੇ ਸਾਰੇ। ਇੱਥੋਂ ਚਾਚੇ ਨੇ ਫੀਤਾ ਮਾਰਿਆ 16 ਫੁੱਟ, ਉਹ ਇੱਥੇ ਤੱਕ ਬਣਦਾ ਇਹ ਵਾੜੇ ਦਾ ਹਿੱਸਾ, ਅਤੇ ਅੱਗੇ 28 ਫੁੱਟ ਦੀ ਪਮੈਸ਼ ਛੱਡਣੀ ਆ ਉੱਥੇ ਤੱਕ, 28 ਫੁੱਟ ਪਮੈਸ਼ ਛੱਡ ਕੇ ਅਤੇ
ਔਰ ਤੋਂ ਪਰੇ ਫਿਰ 16 ਫੁੱਟ ਦਾ ਫੀਤਾ ਮਾਰ ਕੇ ਅਤੇ ਵਾੜੇ ਦਾ ਹਿੱਸਾ ਕੱਢਣਾ। ਚਾਚਾ ਅਬਦ ਨੂੰ ਜ਼ਿੰਦਗੀ ਲੰਘ ਗਈ ਇਸੇ ਕੰਮ 'ਚ, ਉਹਨੂੰ ਇੱਕ ਇੱਕ ਸ਼ਹਿਰ ਦਾ ਤਜਰਬਾ ਕਿੱਥੋਂ ਕਿੱਦਾਂ ਵਾੜਾ ਲਾਉਣਾ ਕਿੱਥੋਂ ਕਿੱਦਾਂ ਨਹੀਂ, ਪਮੈਸ਼ ਉਹਨਾਂ ਨੇ ਦੇ ਦਿੱਤੀ ਹੈ ਇੱਕ ਦਫ਼ਾ। ਹੁਣ ਚਾਚਾ ਜਾਣੇ ਅਤੇ ਚਾਚੇ ਦੇ ਕੰਮ ਜਾਣਨ ਅਤੇ ਠੀਕ ਆ ਦੋਸਤੋ। ਫਿਰ ਹੋਰ ਤਾਂ ਕੁਛ ਖਾਸ ਹੈ ਨਹੀਂ, ਜੋ ਕੁਛ ਹੈ ਅਸੀਂ ਤੁਹਾਨੂੰ ਦਿਖਾ ਦਿੱਤਾ ਅੱਜ ਦੇ ਲਈ, ਫਿਰ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਉ, ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅੱਲਾ ਹਾਫਿਜ਼।